ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਲਈ ਵਾਰਿਸ ਕਹਾਣੀ ਦਾ 29ਵਾਂ ਅਤੇ ਆਖਰੀ ਭਾਗ ਪੇਸ਼ ਕਰਨ ਜਾ ਰਹੇ ਹਾਂ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਮੇਰੀ ਅਤੇ ਇਹਦੀ ਅੱਬੂ ਦੀ ਚੰਗੀ ਬੈਠਣੀ ਉੱਠਣੀ ਸੀ। ਇੱਕ ਦਿਨ ਗੱਲਾਂ ਗੱਲਾਂ 'ਚ ਮੈਂ ਉਹਦੇ ਤੋਂ ਇਸ ਕੁੜੀ ਦਾ ਹੱਥ ਆਪਣੇ ਵੱਡੇ ਮੁੰਡੇ ਲਈ ਮੰਗ ਬੈਠਾ। ਅੱਗੋਂ ਆਕੜ ਕੇ ਮੈਨੂੰ ਕਹਿੰਦਾ ਕਿ ਤੇਰਾ ਚੋਰ ਅਤੇ ਕਾਲੇ ਰੰਗ ਦਾ ਨਿਰਾ ਭੂਤ ਵਰਗਾ ਕਮਾਉਂਦਾ ਕੁਝ ਹੈ ਨਹੀਂ, ਮੇਰੀ ਧੀ ਪਰੀਆਂ ਵਰਗੀ, ਮੈਂ ਗਰੀਬ ਹਾਂ ਪਰ ਧੀ ਕਿਸੇ ਵੱਡੇ ਘਰ ਵਿਆਹੂੰਗਾ, ਕੋਈ ਰਾਜਕੁਮਾਰ ਵਿਆਹੂ, ਰਾਜ ਕਰੂ ਮੇਰੀ ਧੀ। ਬਸ ਮੇਰੇ ਮਨ 'ਚ ਖੁੰਦਕ ਬੈਠ ਗਈ, ਮੇਰੇ ਪੁੱਤ ਦਾ ਸਾਕ ਮੋੜਤਾ। ਉੱਪਰੋਂ ਬੋਲ ਕਬੋਲ ਬੋਲੇ, ਮੈਂ ਫਿਰ ਕਰਵਾਤਾ ਰਾਜ ਉਹਦੀ ਧੀ ਨੂੰ। ਧਾੜ 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 ਨਾਜਰ ਨੇ ਮੁਲਤਾਨ ਦੀ ਗਰਦਨ ਥੱਲੇ ਲਾ ਕੇ ਉੱਪਰ ਥੱਲੀ ਉਹਦੀ ਰੀੜ ਦੀ ਹੱਡੀ 3-4 ਮੁੱਕੇ ਮਾਰੇ ਅਤੇ ਉਹਦਾ ਦਰਦ ਨਾਲ ਚੀਕਾਂ ਨਿਕਲ ਗਈਆਂ। ਨਾਲ ਦੇ ਦੋ ਘਰ ਸ਼ਾਇਦ ਉਹਦੇ ਭਰਾਵਾਂ ਦੇ ਸਨ। ਦੋ ਜਵਾਨ ਡਾਂਗਾਂ ਲੈ ਕੇ ਆਏ ਅਤੇ ਮੂਹਰੇ ਜੱਗਾਂ ਅਤੇ ਨਾਮਾ ਕਾਫੀ ਸਨ। ਉਹਨਾਂ ਲਈ ਮੁਲਤਾਨ ਅਤੇ ਉਹਦੇ 3 ਹਿਮਾਇਤੀ ਵਿਹੜੇ 'ਚ ਪਏ ਚੀਕਾਂ ਮਾਰ ਰਹੇ ਸਨ। ਨਾਜੋ ਦਾ ਸਹੁਰਾ ਵੀ ਰੌਲਾ ਸੁਣ ਕੇ ਬਾਹਰ ਆ ਗਿਆ ਅਤੇ ਸੁੰਨ ਹੋਇਆ ਖੜਾ ਸੀ। ਉਹ ਬੁਲਾਓ ਤੁਹਾਡੇ ਕਾਜੀ ਬਾਬੇ ਨੂੰ, ਨਾਜਰ ਕਰੀਮ ਨੂੰ ਬੋਲਿਆ। ਨਿਕਾਹ ਤਾਂ ਸਾਡਾ ਹੋ ਚੁੱਕਿਆ ਸਰਦਾਰ ਜੀ, ਮੁੰਡਾ ਅੱਗੇ ਆ ਕੇ ਬੋਲਿਆ। ਫਿਰ ਹੁਣ ਤੱਕ ਤੂੰ ਸੁੱਤਾ ਪਿਆ ਸੀ ਸਾਲਿਆ? ਨਾਜਰ ਨੇ ਡਾਂਗ ਚੁੱਕ ਲਈ। ਪਰ ਇਹਨਾਂ ਨੇ ਮੇਰੇ ਕੋਲੋਂ ਝੂਠ ਬੋਲਿਆ ਸੀ ਕਿ ਨਾਜੋ ਕਿਸੇ ਨਾਲ ਭੱਜ ਗਈ। ਮੈਂ ਤਾਂ ਚੋਰੀ ਛਿੱਪੇ ਲੱਭਦਾ ਵੀ ਰਿਹਾ। ਮੁੰਡੇ ਨੇ ਆਪਣਾ ਬਚਾ ਲਈ ਹੱਥ ਅੱਗੇ ਕੀਤਾ ਅਤੇ ਝੱਟ ਬੋਲ ਪਿਆ। ਨਾਜਰ ਨੇ ਡਾਂਗ ਥੱਲੇ ਕਰ ਲਈ। ਮੁੰਡਾ ਅੱਗੇ ਆਇਆ ਅਤੇ ਹੱਥ ਜੋੜ ਕੇ ਬੋਲਿਆ, ਮੈਂ ਅਤੇ ਨਾਜੋ ਵੱਖਰੇ ਰਹਿ ਲਵਾਂਗੇ, ਤੁਸੀਂ ਫਿਕਰ ਨਾ ਕਰੋ, ਮੈਂ ਇਹਦਾ ਪੂਰਾ ਧਿਆਨ ਰੱਖਾਂਗਾ, ਅੱਜ ਤੋਂ ਇਹ ਮੇਰੀ ਜ਼ਿੰਮੇਵਾਰੀ ਹੈ। ਨਾਜਰ ਹੁਣਾਂ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪਈ। ਕੰਨ ਖੋਲ੍ਹ ਕੇ ਸੁਣ ਲਵੋ, ਮੁੰਡਾ ਅਤੇ ਕੁੜੀ ਇਸ ਘਰ 'ਚ ਰਹਿਣਗੇ। ਤੁਸੀਂ ਦੋਨੋਂ ਜੀ ਨੇ ਕਿਤੇ ਜਾਣਾ ਤਾਂ ਜਾ ਸਕਦੇ ਹੋ, ਜੇ ਕੁੜੀ ਵੱਲ ਕਿਸੇ ਨੇ ਉਂਗਲ ਵੀ ਕੀਤੀ ਜਾਂ ਇੱਕ ਮਾੜਾ ਚੰਗਾ ਲਫ਼ਜ਼ ਬੋਲਿਆ ਤਾਂ ਸਮੇਤ ਘਰ ਅੱਗ ਲਾ ਕੇ ਫੂਕ ਦੂੰ ਸਾਰਿਆਂ ਨੂੰ। ਨਾਜਰ ਨੇ ਇੱਕ ਹੋਰ ਡਾਂਗ ਮੁਲਤਾਨ ਦੀਆਂ ਲੱਤਾਂ 'ਚ ਜੋੜ ਕੇ ਮਾਰੀ ਅਤੇ ਮੁਲਤਾਨ ਦੇ ਹੱਥ ਜੁੜ ਗਏ। ਮੇਰੇ ਪਿਓ ਦੀ ਤੋਬਾ ਸਰਦਾਰ ਜੀ, ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਹੁੰਦੀ। ਮੁਲਤਾਨ ਆਪਣੇ ਟੁੱਟੇ ਭੱਜੇ ਸਰੀਰ ਨੂੰ ਸਮੇਟਦਾ ਉੱਠ ਖੜਾ ਹੋਇਆ। ਚੱਲ ਧੀਏ ਅੰਦਰ ਚੱਲ, ਸੱਸ ਕੰਬਦੀ ਆਵਾਜ਼ 'ਚ ਬੋਲੀ। ਕਰੀਮ ਦੀਆਂ ਅੱਖਾਂ 'ਚ ਹੰਝੂ ਸਨ। ਉਹ ਨਾਜਰ ਦੇ ਪੈਰਾਂ 'ਚ ਬੈਠ ਗਿਆ। ਉਹਦੇ ਬੋਲ ਕਿਧਰੇ ਗਵਾਚ ਗਏ ਸਨ। ਨਾਜਰ ਨੇ ਉਹਨੂੰ ਚੁੱਕ ਕੇ ਗੱਲ ਨਾਲ ਲਾ ਲਿਆ। ਨਾਜਰ ਹੁਣੀ 3 ਦਿਨ ਮੁਲਤਾਨ ਦੇ ਘਰ ਰਹੇ ਅਤੇ 5 ਦਿਨ ਉਸੇ ਸ਼ਹਿਰ 'ਚ ਲੁੱਕ ਕੇ ਰਹੇ। ਮੁਲਤਾਨ ਹੁਰਾਂ 'ਤੇ ਪੂਰੀ ਨਜ਼ਰ ਰੱਖੀ। ਜਦ ਤਸੱਲੀ ਹੋ ਗਈ ਕਿ ਸਭ ਠੀਕ ਹੈ ਤਾਂ ਉਹ ਵਾਪਸ ਪੰਜਾਬ ਮੁੜ ਪਏ। 1 ਮਹੀਨੇ ਬਾਅਦ, ਕਹਿੰਦੇ ਨੇ ਸਮੇਂ ਕੋਲ ਹਰ ਇੱਕ ਜ਼ਖਮ ਦਾ ਇਲਾਜ ਹੈ। ਜੋਗੇ ਦੇ ਭੋਗ ਨੂੰ 1 ਮਹੀਨਾ ਬੀਤ ਚੁੱਕਿਆ ਸੀ। ਸਾਉਣ ਦਾ ਮਹੀਨਾ ਚੜ੍ਹਨ ਵਾਲਾ ਸੀ। ਰੱਜੋ, ਅਮਨ ਅਤੇ ਪਵਨ ਨੇ ਇਹ ਮਹੀਨਾ ਪੇਕਿਆਂ ਦੇ ਘਰ ਕੱਟਣਾ ਸੀ। ਬੇਸ਼ੱਕ ਜੋਗੇ ਕਰਕੇ ਕੋਈ ਸ਼ਗਨ ਵਿਹਾਰ ਨਾ ਹੋਇਆ ਤਾਂ, ਪਰ ਰਿਵਾਜ਼ ਤਾਂ ਪੂਰਾ ਕਰਨਾ ਹੀ ਸੀ। ਭੋਲੀ ਦਾ ਭਰਾ ਅਤੇ ਪਿਓ ਲੈਣ ਆਏ। ਨਿੱਕੇ ਅਤੇ ਵੱਡਾ ਮੁੰਡਾ ਵੀ ਅਮਨ ਨੂੰ ਲੈਣ ਆ ਗਏ। ਅੱਜ ਰਾਜਾ ਅਤੇ ਜੱਗਾ ਵੀ ਰੱਜੋ ਨੂੰ ਲੈਣ ਗਏ ਹੋਏ ਸਨ। ਇਸ ਕਰਕੇ ਸ਼ਿੰਦਰ ਕੌਰ ਨੇ ਨਿੱਕੇ ਹੁਣਾਂ ਨੂੰ ਅਤੇ ਰੋਣੋ ਵਾਲਿਆਂ ਨੂੰ ਰਾਤ ਰੱਖ ਲਿਆ। ਨਾਲੇ ਤਾਂ ਭਾਈ ਨਨਾਣ ਭਰਜਾਈ ਇੱਕ ਦੂਜੀ ਨੂੰ ਮਿਲ ਲੈਣਗੀਆਂ, ਨਾਲੇ ਤੁਸੀਂ ਇੱਕ ਰਾਤ ਰਹਿ ਜਾਓ,
ਸਬੱਬ ਨਾਲ ਤਾਂ ਹੁੰਦਾ ਕਦੀ, ਛਿੰਦਰ ਕੌਰ ਅਣਪਤ ਨਾਲ ਬੋਲੀ, ਤੇ ਫਿਰ ਵੱਡੀ ਬੇਬੇ ਦਾ ਕਹਿਣਾ ਕਿਸ ਨੇ ਮੋੜਨਾ ਸੀ। ਬਹਿ ਜਾਓ ਪੁੱਤ, ਆਉਂਦੇ ਆ ਅਵਤਾਰ ਹੁਣੀ, ਬਸ ਉਹ ਕਾਲਜ ਤੱਕ ਗਏ ਆ। ਚੰਨੋ ਚਾਹ ਧਰਦੀ ਬੋਲੀ, ਹੈਂ ਕਾਲਜ, ਕਾਲਜ ਕੀ ਕਰਨਗੇ, ਜੱਗਾ ਉੱਛਲ ਹੀ ਪਿਆ। ਉਹ ਰਜਨੀਤ ਨੂੰ ਪੜ੍ਹਨ ਲਾਉਣ, ਭਾਈ ਪੜ੍ਹਨ ਨੂੰ ਬਹੁਤ ਹੁਸ਼ਿਆਰ ਆ ਕੁੜੀ। ਅਵਤਾਰ ਦੱਸਦਾ ਸੀ ਵੀ ਉਹਦਾ ਹਾਲੇ ਪੜ੍ਹਨ ਦਾ ਮਨ ਸੀ। ਬਾਹਰੋਂ ਆਉਂਦਾ ਕੁਲਦੀਪ ਸਿੰਘ ਬੋਲਿਆ, ਹੁਣ ਤਾਂ ਰਾਜਾ ਤੇ ਜੱਗਾ ਦੋਨੋਂ ਹੈਰਾਨ ਹੋ ਗਏ। 5 ਮਿੰਟ ਬਾਅਦ, ਚੱਲ ਉੱਠ ਰਾਜੇ। ਜੱਗਾ ਬਿਨਾਂ ਕੁਝ ਸੁਣੇ ਕਾਹਲੀ ਨਾਲ ਗੱਡੀ ਵੱਲ ਹੋ ਤੁਰਿਆ। ਚੰਨੋ ਤੇ ਕੁਲਦੀਪ ਇੱਕ ਦੂਜੇ ਦਾ ਮੂੰਹ ਦੇਖਣ ਲੱਗੇ, ਇਹਨੂੰ ਕੀ ਹੋ ਗਿਆ, ਹੈ ਵੀ ਦਿਮਾਗ ਦਾ ਪੁੱਠਾ, ਸੁੱਖ ਹੋਵੇ। ਕੁਲਦੀਪ ਸੋਚੀ ਪੈ ਗਿਆ। ਮਾਜਰੀ, ਦੁਪਹਿਰ ਦਾ ਸਮਾਂ, ਰਾਜਾ ਤੇ ਜੱਗਾ ਰੱਜੋ ਨੂੰ ਲੈ ਕੇ ਘਰ ਆਏ। ਇੱਕ ਫਾਰਮ ਜੱਗੇ ਨੇ ਅਮਨ ਦੇ ਅੱਗੇ ਤੇ ਇੱਕ ਭਵਨ ਦੇ ਅੱਗੇ ਕੀਤਾ ਤਾਂ ਦੋਹਾਂ ਦੀਆਂ ਅੱਖਾਂ ਵਗ ਤੁਰੀਆਂ। ਕੀ ਹੋਇਆ ਬਹੂ, ਕਿਸੇ ਅਣਹੋਣੀ ਦੇ ਡਰੋਂ ਨਸੀਬ ਕੌਰ ਡਰ ਗਈ? ਕੁਝ ਨਹੀਂ ਬੀਬੀ, ਇਹ ਦੋਨੇ ਵੀ ਅੱਗੇ ਪੜਨਗੀਆਂ, ਰਾਜੇ ਨੇ ਨਸੀਬ ਨੂੰ ਮੋਢਿਆਂ ਤੋਂ ਫੜਦੇ ਹੋਏ ਨੇ ਕਿਹਾ। ਜੱਗਾ, ਇਹ ਚਮਤਕਾਰ ਕਿਵੇਂ ਹੋ ਗਿਆ ਭਾਈ? ਅਮਰ ਕੌਰ ਜੱਗੇ ਵੱਲ ਦੇਖਦੀ ਹੋਈ ਬੋਲੀ, ਬੀਬੀ ਜਦ ਮੈਂ ਰੱਜੋ ਨੂੰ ਲੈਣ ਗਿਆ ਤਾਂ ਮਾਸੀ ਨੇ ਦੱਸਿਆ ਕਿ ਰੱਜੋ ਹੁਣੀ ਕਾਲਜ ਗਏ ਆ ਦਾਖਲਾ ਲੈਣ, ਕੁੜੀ ਹੁਸ਼ਿਆਰ ਹੈ, ਉਹਦਾ ਪੜ੍ਹਨ ਦਾ ਮਨ ਸੀ। ਮੈਂ ਸੋਚਿਆ ਭਵਨ ਤੇ ਅਮਨ ਦਾ ਵੀ ਤਾਂ ਬਹੁਤ ਮਨ ਸੀ, ਪਰ ਅਸੀਂ ਕਦੀ ਧਿਆਨ ਨਹੀਂ ਦਿੱਤਾ। ਹੁਣ ਵੀ ਮੇਰੇ ਚੁਬਾਰੇ 'ਚ ਨੇਕ ਚਾਚੇ ਦੀ ਕੋਈ ਨਾ ਕੋਈ ਕਿਤਾਬ ਲਿਆ ਕੇ ਪੜ੍ਹਦੀ ਹੀ ਰਹਿੰਦੀ ਹੈ। ਇਹੀ ਸੋਚ ਕੇ ਮੈਂ ਵੀ ਕਾਲਜ ਵੱਲ ਤੁਰ ਪਿਆ। ਰਸਤੇ 'ਚ ਰਾਜੇ ਦੇ ਕਹਿਣ 'ਤੇ ਧਿਆਨ ਗਿਆ ਕਿ ਭਵਨ ਇਸ ਹਾਲਤ 'ਚ ਕਾਲਜ ਕਿਵੇਂ ਆਊ। ਫਿਰ ਜਦ ਹੈੱਡ ਮਾਸਟਰ ਨੇ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਘਰ ਪੜ੍ਹ ਲਵੇ, ਫੀਸ ਭਰਦਿਆ ਕਰੋ ਅਤੇ ਹਾਜ਼ਰੀ ਲੱਗ ਜਾਊ, ਪੇਪਰ ਦੇਣ ਹੀ ਆਉਣਾ ਪਊ। ਹਾਂ, ਅਮਨ ਨੂੰ ਪਹਿਲਾਂ 8ਵੀਂ ਪਿੰਡ ਵਾਲੇ ਸਕੂਲ 'ਤੇ ਕਰਵਾਉਣੀ ਪਊ। ਮਾਸਟਰ ਨਾਲ ਗੱਲ ਹੋ ਗਈ ਹੈ, ਘਰੇ ਪੜ੍ਹਾ ਜਾਇਆ ਕਰੂ। ਗੱਲ ਮੁਕਾ ਕੇ ਜੱਗੇ ਨੇ ਪਿਆਰ ਨਾਲ ਭੋਲੀ ਵੱਲ ਦੇਖਿਆ। ਉਹਦੀਆਂ ਅੱਖਾਂ 'ਚ ਜੱਗੇ ਲਈ ਪਿਆਰ ਅਤੇ ਸਤਿਕਾਰ ਡੁੱਲ ਪੈ ਰਿਹਾ ਸੀ। ਜਾ ਮਿੰਦੋ, ਤਾਈ ਨੂੰ ਬੁਲਾ ਲਿਆ। ਭਿੰਦਰਾ, ਤੁਹਾਡੇ ਵਾਲਾ ਜੱਬ ਵੀ ਮੁਕਾ ਲਈਏ ਬਾਪੂ ਨਾਲ। ਜੱਗਾ ਮੂਹਰੇ ਦੇ ਮੰਜੇ 'ਤੇ ਬੈਠਦਾ ਹੱਸ ਕੇ ਬੋਲਿਆ, ਭਿੰਦਰ ਘਰ ਨੂੰ ਛਾਲੀ ਭੱਜ ਲਿਆ। ਮਿੰਦੋ ਦੇ ਆਉਣ 'ਤੇ ਜੱਗੇ ਨੇ ਬਬਲੀ ਅਤੇ ਛੋਟੀ ਦਾ ਰਿਸ਼ਤਾ ਗੋਗੇ ਅਤੇ ਭਿੰਦਰ ਨੂੰ ਕਰਨ ਲਈ ਕਹਿ ਦਿੱਤਾ ਤਾਂ ਸਹੁਰਾ ਹੱਥ ਜੋੜ ਕੇ ਬੋਲਿਆ, ਤੂੰ ਜੇ ਖੂਹ 'ਚ ਵੀ ਸਿੱਟ ਦੇ ਮੈਂ ਤਾਂ ਨਾ ਬੋਲਾਂ, ਤੇਰੇ ਵਰਗਾ ਜਵਾਈ ਰੱਬ ਸਭ ਨੂੰ ਦੇਵੇ, ਜਿਵੇਂ ਤੂੰ ਕਹੇ ਜਿੱਥੇ ਕਹੇ ਸਭ ਮਨਜ਼ੂਰ ਆ। ਲਿਆਓ ਫਿਰ ਮੂੰਹ ਮਿੱਠਾ ਕਰਵਾ ਦਿਓ ਮੁੰਡਿਆਂ ਦਾ ਗੁੜ ਨਾਲ, ਅਤੇ ਰੁਪਈਆ ਰੱਖ ਦਿਓ, ਸਾਲ ਨੂੰ ਵਿਆਹ ਦੇ ਦਿਓ। ਮਹਿੰਦਰ ਸਿੰਘ ਬੋਲਿਆ, ਉਹ ਭਾਈ ਨਾਜਰ ਬਾਈ ਨੂੰ ਵੀ ਰੋਣੋ ਤੋਂ ਲੱਭ ਦਿਓ ਕੋਈ ਸਾਕ, ਹਾਲੇ ਉਮਰ ਹੀ ਕੀ ਹੈ। ਨਾਮੇ ਦਾ ਇਸ਼ਾਰਾ ਰੋਣੋ ਵਾਲੀ ਕੁੜਮਣੀ ਵੱਲ ਸੀ। ਘਰ 'ਚ ਸਭ ਬੰਦੇ ਨਾਜਰ ਨੂੰ ਇਸੇ ਗੱਲ 'ਤੇ ਛੇੜਦੇ ਸਨ, ਸਾਲਾ ਨਾ ਦੇਖ ਨਾ ਤਾਂ ਭੌਂਕਣ ਲੱਗਾ, ਸੋਚਦਾ ਹੀ ਨਹੀਂ। ਨਾਜਰ ਨੇ ਹੌਲੀ ਕੁ ਦਿਨੇ ਬੋਲ ਨਾਮੇ ਨੂੰ ਅੱਖਾਂ ਕੱਢੀਆਂ। ਉਹ ਬਾਈ ਕਹਿੰਦਾ, ਉਹੀ ਠੀਕ ਹੈ, ਹੁਣ ਰੋਣੋ ਵਾਲੀ ਕੁੜਮਣੀ। ਬੋਲ ਨਾਮੇ ਦੇ ਮੂੰਹ 'ਚ ਸਨ ਅਤੇ ਜੁੱਤੀ ਲੈ ਕੇ ਨਾਜਰ ਉਹਦੇ ਪਿੱਛੇ ਭੱਜਿਆ। ਇੱਕ ਵਾਰੀ ਫਿਰ ਸਾਰੀ ਹਵੇਲੀ ਹਾਸਿਆਂ ਨਾਲ ਗੂੰਜ ਉੱਠੀ ਸੀ। ਅੱਜ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਜੇ ਕਹਾਣੀ ਨੂੰ ਪੇਸ਼ ਕਰਨ ਵਿੱਚ ਕੋਈ ਗਲਤੀ ਹੋਵੇ ਤਾਂ ਆਪਣਾ ਛੋਟਾ ਭਰਾ ਸਮਝ ਕੇ ਮਾਫ਼ ਕਰ ਦੇਣਾ। ਕਹਾਣੀ ਨੂੰ ਕਈ ਵਾਰ ਲੇਟ ਪੇਸ਼ ਕਰਨ 'ਤੇ ਵੀ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ।
ਇਸੇ ਤਰ੍ਹਾਂ ਰਾਜ ਪੰਜਾਬੀ ਕਹਾਣੀਆਂ ਨਾਲ ਜੁੜੇ ਰਹੋ। ਉਮੀਦ ਕਰਦੇ ਹਾਂ ਤੁਹਾਡੇ ਲਈ ਹੋਰ ਵੀ ਵਧੀਆ ਵਧੀਆ ਕਹਾਣੀਆਂ ਲੈ ਕੇ ਪੇਸ਼ ਹੁੰਦੇ ਰਹਾਂਗੇ। ਤੁਹਾਡੀ ਜਾਣਕਾਰੀ ਲਈ ਇੱਕ ਹੋਰ ਕਹਾਣੀ ਦਾ ਜ਼ਿਕਰ ਕਰਨ ਲੱਗੇ ਹਾਂ, ਜਿਸ ਦਾ ਕਿ ਮੈਂ ਪਲੇਲਿਸਟ ਬਣਾ ਕੇ ਤੁਹਾਡੇ ਲਈ ਅਪਲੋਡ ਕਰਾਂਗਾ, ਜੋ ਕਿ ਤੁਸੀਂ ਚੈਨਲ ਵਿੱਚ ਜਾ ਕੇ ਸਾਡੀ ਪਲੇਲਿਸਟ ਚੈੱਕ ਕਰਨਾ, ਜਿਸ ਵਿੱਚ ਇੱਕ ਕਹਾਣੀ ਜੋ ਕਿ ਬਹੁਤ ਹੀ ਵਧੀਆ ਪੇਸ਼ ਕੀਤੀ ਹੋਈ ਹੈ, ਜਿਸ ਦਾ ਨਾਮ ਹੈ ਚਾਹਤ ਕਿੱਥੋਂ ਲੈ ਕੇ ਕਿੱਥੋਂ ਤੱਕ ਲੈ ਜਾਂਦੀ ਹੈ। ਇਸ ਕਹਾਣੀ ਨੂੰ ਤੁਸੀਂ ਪੂਰੀ ਨੂੰ ਸੁਣੋ। ਇਹ ਕਹਾਣੀ ਵੀ ਇਸੇ ਕਹਾਣੀ ਵਾਂਗ ਬਹੁਤ ਹੀ ਵਧੀਆ। ਅਤੇ ਇੱਕ ਹੋਰ ਕਹਾਣੀ ਦਾ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ, ਜਿਸ ਦਾ ਨਾਮ ਹੈ ਦੁਖਿਆਰੀ ਮਾਂ ਦੀ ਦੁਖਿਆਰੀ ਧੀ। ਇਹ ਕਹਾਣੀ ਵੀ ਤੁਹਾਡੇ ਦਿਲ ਨੂੰ ਛੂਹ ਜਾਵੇਗੀ। ਇਹ ਦੋਵਾਂ ਕਹਾਣੀਆਂ ਦੀ ਪਲੇਲਿਸਟ ਮੈਂ ਅਪਲੋਡ ਕਰਾਂਗਾ, ਤੁਸੀਂ ਇਹਨਾਂ ਦੋਨਾਂ ਕਹਾਣੀਆਂ ਨੂੰ ਪੂਰੇ ਐਪੀਸੋਡ ਦੇਖਣਾ, ਇਹ ਸਾਡੀ ਬੇਨਤੀ ਹੈ। ਉਮੀਦ ਹੈ ਕਿ ਇਹ ਕਹਾਣੀ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੀਆਂ। ਵਾਰਿਸ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਜਲਦ ਹੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਨਾਲ। ਤੁਹਾਡਾ ਸਾਰਿਆਂ ਦਾ ਕਹਾਣੀ ਨੂੰ ਸੁਣਨ ਵਾਸਤੇ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ।